ਗੌਰਵ ਅਨਮੋਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਔਰ ਸਾਡੇ ਚੈਨਲ ਗੌਰਵ ਅਨਮੋਲ ਮਿਊਜ਼ਿਕ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਟਿਊਟੋਰੀਅਲ ਪਾ ਰਹੇ ਹਾਂ ਜੀ ਬਹੁਤ ਹੀ ਪਿਆਰੀ ਕਵਾਲੀ, ਬਾਬਾ ਫਰੀਦ ਆਇਆ ਮੰਗਤਾ ਤੇਰੀ ਗਲੀ ਮੇਂ, ਉਹਦਾ ਟਿਊਟੋਰੀਅਲ ਪਾਉਣ ਜਾ ਰਹੇ ਹਾਂ। ਸੋ ਜਿਹੜੇ ਵੀ ਵਿਊਅਰਸ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਹੈ, ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ, ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਔਰ ਬੈੱਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਨੋਟੀਫਿਕੇਸ਼ਨਸ ਲਈ, ਤਾਂ ਕਿ ਜਦੋਂ ਵੀ ਅਸੀਂ ਅਪਡੇਟਸ ਕਰਦੇ ਹਾਂ ਤੁਹਾਨੂੰ ਨਾਲ ਦੇ ਨਾਲ ਨੋਟੀਫਿਕੇਸ਼ਨ ਜਿਹੜੇ ਰਿਸੀਵ ਹੁੰਦੇ ਰਹਿਣ। ਔਰ ਅਗਰ ਤੁਹਾਨੂੰ ਵੀਡੀਓ ਤੋਂ ਕੁਛ ਅੱਛਾ ਸਿੱਖਣ ਨੂੰ ਮਿਲਦਾ ਹੈ, ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰ ਦੇਣਾ ਔਰ ਕਮੈਂਟ ਬੋਕਸ 'ਚ ਆਪਣੇ ਕਮੈਂਟਸ ਜ਼ਰੂਰ ਦੇਣੇ ਵੀਡੀਓ ਦੇ ਰਿਗਾਰਡਿੰਗ, ਔਰ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਇਸ ਵੀਡੀਓ ਨੂੰ, ਤਾਂ ਕਿ ਨਾਲ ਉਹ ਵੀ ਪਲੇ ਕਰਕੇ ਗਾ ਸਕਣ, ਉਹਨਾਂ ਨੂੰ ਵੀ ਹੈਲਪ ਮਿਲੇ। ਸੋ ਆਪਾਂ ਕਰਦੇ ਹਾਂ ਜੀ ਸਟਾਰਟ ਅੱਜ ਦਾ ਟਿਊਟੋਰੀਅਲ, ਬਾਬਾ ਫਰੀਦ ਆਇਆ ਮੰਗਤਾ ਤੇਰੀ ਗਲੀ ਮੇਂ। ਇਹ ਹੈ ਜੀ ਸਾਬਿਰ ਪੀਆ ਜੀ ਦੀ ਗਾਈ ਹੋਈ ਬਹੁਤ ਹੀ ਪਿਆਰੀ ਕਵਾਲੀ ਹੈ, ਸੂਫੀ ਕਲਾਮ। ਸੋ ਸਟਾਰਟ ਕਰਦੇ ਹਾਂ ਜੀ ਆਪਾਂ। ਸਭ ਤੋਂ ਪਹਿਲਾਂ ਮੈਂ ਇਹਦਾ ਰਾਗ ਦੱਸਦੇ ਹਾਂ ਔਰ ਸਕੇਲ ਦੱਸਦੇ ਹਾਂ ਕਿਹੜਾ ਹੈਗਾ, ਉਸ ਤੋਂ ਬਾਅਦ ਆਪਾਂ ਸਟਾਰਟ ਕਰਦੇ ਹਾਂ। ਰਾਗ ਹੈ ਜੀ ਇਹਦਾ ਦਰਬਾਰੀ ਔਰ ਸਕੇਲ ਹੈ ਜੀ ਇਹਦਾ ਪਹਿਲਾ ਕਾਲਾ ਸੀ ਸ਼ਾਰਪ ਜਿਹਨੂੰ ਕਹਿੰਦੇ ਆਪਾਂ, ਫਸਟ ਬਲੈਕ। ਸੋ ਸਭ ਤੋਂ ਪਹਿਲਾਂ ਇਹਦਾ ਸ਼ੇਅਰ ਹੈ, ਫਿਰ ਸਥਾਈ ਆਉਂਦਾ ਅਤੇ ਫਿਰ ਅੰਤਰ ਆਉਂਦਾ। ਸੋ ਧਿਆਨ ਨਾਲ ਦੇਖਣਾ ਜੀ, ਸਭ ਤੋਂ ਪਹਿਲਾਂ ਆਪਾਂ ਸ਼ੇਅਰ ਕਰਦੇ ਹਾਂ। ਇਹ ਹੈ ਜੀ ਸ਼ੇਰ, ਉਸ ਤੋਂ ਬਾਅਦ ਆਪਾਂ ਆਉਂਦੇ ਹਾਂ ਸਥਾਈ ਤੇ। ਦੇਖੋ ਕਿੱਦਾਂ ਬਲਿਆਉਣੀ ਸਥਾਈ। ਦੁਬਾਰਾ ਦੇਖੋ ਨੈਕਸਟ। Thank you.
ਬੇਰੇ ਲੁਟਾ ਇੱਕ ਹੋਰ ਕਿਦਾਂ ਲੱਗਣਾ ਬਾਬਾ, ਇਹ ਲਾਈਨ ਬੋਲਦੇ ਹਾਂ ਬਾਬਾ ਫਰੀਦ ਆਇਆ ਮੰਗਤਾ ਤੇਰੀ ਗਲੀ ਨੂੰ, ਉਹਦੇ ਚ ਫਿਲਰ ਲੱਗਦਾ ਤੇਰੀ ਗਲੀ ਅੰਤਰੇ ਤੇ। ਉਸ ਤੋਂ ਪਹਿਲਾਂ ਜੀ ਜਿਹੜੇ ਵਿਊਅਰਸ ਦੇਖ ਰਹੇ ਵੀਡੀਓ ਨੂੰ, ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ, ਪਲੀਜ਼ ਸਾਡੇ ਚੈਨਲ ਗੌਰਵ ਅਨਮੋਲ ਮਿਊਜ਼ਿਕ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਔਰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈੱਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਨੋਟੀਫਿਕੇਸ਼ਨਸ ਲਈ, ਤਾਂ ਕਿ ਜਦੋਂ ਵੀ ਅਸੀਂ ਅਪਡੇਟ ਕਰਦੇ ਹਾਂ ਨਾਲ ਦੇ ਨਾਲ ਨੋਟੀਫਿਕੇਸ਼ਨ ਤੁਹਾਨੂੰ ਰਿਸੀਵ ਹੁੰਦੇ ਰਹਿਣ। ਔਰ ਅਗਰ ਤੁਹਾਨੂੰ ਵੀਡੀਓ ਤੋਂ ਕੁਛ ਅੱਛਾ ਸਿੱਖਣ ਨੂੰ ਮਿਲ ਰਿਹਾ ਹੈ, ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰ ਦੇਣਾ, ਔਰ ਕਮੈਂਟ ਬੋਕਸ 'ਚ ਆਪਣੇ ਕਮੈਂਟਸ ਜ਼ਰੂਰ ਦੇਣਾ ਵੀਡੀਓ ਦੇ ਰਿਗਾਰਡਿੰਗ, ਔਰ ਆਪਣੇ ਫਰੈਂਡਸ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਹੈ, ਤਾਂ ਕਿ ਨਾਲ ਉਹ ਵੀ ਪਲੇ ਕਰਕੇ ਗਾ ਸਕਣ, ਉਹਨਾਂ ਨੂੰ ਵੀ ਹੈਲਪ ਮਿਲੇ। ਸੋ ਆਪਾਂ ਆਉਂਦੇ ਹਾਂ ਜੀ ਇਹਦੇ ਫਸਟ ਅੰਤਰੇ 'ਤੇ, ਬੇਸ ਅੰਤਰਾ, ਉਹਨੂੰ ਅੱਛੀ ਤਰ੍ਹਾਂ ਦੇਖਣਾ ਤਾਂ ਕਿ ਨੈਕਸਟ ਅੰਤਰੇ ਪਲੇ ਕਰਨ 'ਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਸੋ ਸਟਾਰਟ ਕਰਦੇ ਹਾਂ ਜੀ ਇਹਦਾ ਫਸਟ ਅੰਤਰਾ, ਬੇਸ ਅੰਤਰਾ, ਦੇਖੋ ਕਿੱਦਾਂ ਪਲੇ ਹੋਣਾ। ਨੈਕਸਟ ਇੱਦਾਂ ਹੀ ਆਂਤਰੇ ਦੇ ਸਾਰੇ, ਦੇਖੋ ਇੱਕ ਵਾਰੀ ਇੱਕ ਪਲੇ ਕਰਕੇ ਦੱਸ ਦੇਣਾ। ਧੰਨਵਾਦ।
है जिहदा स्थाई ते अंतरा यदि अच्छी तरह प्रैक्टिस करोगे अंतरे की कोई प्रॉब्लम नहीं आएगी नैक्सट अंतर प्ले करने से। सो इदा के वधिया वधिया ट्यूटोरियल्स देखते रहने लई उन्हां तों सीखते रहने लई साडा चैनल गौरव अनमोल म्यूजिक जिन्होंने नहीं सबसक्राइब किया जी प्लीज़ चैनल जरूर सबसक्राइब कर लो और सबसक्राइब करने तो बाद बैल आइकन नूं प्रेस करना ना भुल्लो नोटिफिकेशन लई ताकि जो भी असं अपडेट करते हैं नाल दे नाल तुहानूं नोटिफिकेशन जिहड़े रिसीव होंदे रहन। और अगर तुहानूं वीडियो तो कुछ अच्छा सीखने को मिले प्लीज़ वीडियो में जरूर लाइक कर देना और कमेंट बॉक्स अपने कमेंट्स जरूर देने हैं और अपने फ्रेंड्स नाल इस वीडियो में ज़्यादा तो ज़्यादा शेयर करना है ताकि नाल भी प्ले करके गा सकन उन्होंने भी हेल्प मिले। सो नैक्सट ट्यूटोरियल लैके बहुत जल्द हाजिर होंगे। थैंक यू सो मच।